ਹੈਲੋ ਦੋਸਤੋ, ਮੈਂ ਨਵਜਿੰਦਰ ਸਿੰਘ ਲਰਨ ਡੇ 'ਤੇ ਤੁਹਾਡਾ ਸਵਾਗਤ ਕਰਦਾ ਹਾਂ। ਤਾਂ ਅੱਜ ਹੈ ਆਪਣੀ ਪੋਲੀਟੀ ਕਲਾਸ, ਜਿਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਪਾਰਟ 7 ਤੋਂ ਲੈ ਕੇ ਪਾਰਟ 9A ਤੱਕ, ਜਿਸ ਦੇ ਵਿੱਚ ਆਪਾਂ ਪਾਰਟ 6 ਜਿਹੜੇ ਨੇ ਉਹ ਪਹਿਲੀਆਂ ਕਲਾਸਿਸ ਦੇ ਵਿੱਚ ਕੰਪਲੀਟ ਕਰ ਚੁੱਕੇ ਹਾਂ। ਅੱਜ ਦੀ ਕਲਾਸ ਦੇ ਵਿੱਚ ਆਪਾਂ ਪਾਰਟ 7 ਤੋਂ ਲੈ ਕੇ ਪਾਰਟ 8, 9 ਅਤੇ 9A ਤੱਕ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੰਪਲੀਟ ਕਰਾਂਗੇ, ਜਿਸ ਦੇ ਵਿੱਚ ਆਪਣੇ ਟੌਪਿਕ ਰਹਿਣ ਵਾਲੇ ਨੇ ਰਾਜ ਯਾਨੀ ਕਿ ਸਟੇਟ, ਫਿਰ ਕੇਂਦਰ ਸ਼ਾਸਿਤ ਪ੍ਰਦੇਸ਼, ਪੰਚਾਇਤਾਂ ਅਤੇ ਨਗਰ ਪਾਲਿਕਾ। ਇਹ ਸਾਰੇ ਆਪਾਂ ਇਸ ਇੱਕੋ ਕਲਾਸ ਦੇ ਵਿੱਚ ਇਹਨਾਂ ਨੂੰ ਕਵਰ ਕਰਾਂਗੇ। ਤਾਂ ਅਗਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਆਲ 'ਤੇ ਜ਼ਰੂਰ ਪ੍ਰੈਸ ਕਰ ਲਓ, ਤਾਂ ਕਿ ਅੱਗੇ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ। ਤਾਂ ਕਰਦੇ ਹਾਂ ਅੱਜ ਦੀ ਕਲਾਸ ਦੀ ਸ਼ੁਰੂਆਤ, ਜਿਸ ਦੇ ਨਾਲ ਹੀ ਅੱਜ ਦੇ ਆਪਣੇ ਟੌਪਿਕ ਜਿਹੜੇ ਨੇ ਉਹ ਨੇ ਪਾਰਟ 7th, ਪਾਰਟ 8th, ਪਾਰਟ 9th ਔਰ ਪਾਰਟ 9A, ਜਿਸ ਦੇ ਵਿੱਚ ਆਪਣੇ ਕੋਲ ਸਟੇਟ, ਰਾਜ, ਕੇਂਦਰ ਸ਼ਾਸਿਤ ਪ੍ਰਦੇਸ਼, ਪੰਚਾਇਤਾਂ ਅਤੇ ਮਿਊਨਸੀਪੈਲਿਟੀਜ਼ ਨੇ। ਠੀਕ ਹੈ, ਤਾਂ ਕਰਦੇ ਹਾਂ ਸ਼ੁਰੂਆਤ ਪਾਰਟ 7 ਦੀ। ਤਾਂ ਪਾਰਟ 7 ਦੇ ਵਿੱਚ ਆਪਣੇ ਕੋਲ ਕੀ ਆਉਂਦੀਆਂ, ਸਟੇਟ ਸਟੇਟ ਯਾਨੀ ਕਿ ਬੀ ਸ਼੍ਰੇਣੀ ਦੀਆਂ ਸਟੇਟਸ ਜਿਹੜੀਆਂ ਪਹਿਲਾਂ ਹੁੰਦੀਆਂ ਸੀ, ਬਟ ਹੁਣ ਜਿਹੜਾ ਇਹ ਆਰਟੀਕਲ ਹੈ ਇਹ ਸੰਵਿਧਾਨ ਦੇ ਵਿੱਚੋਂ ਕੀ ਹੈ, ਹਟਾ ਦਿੱਤਾ ਗਿਆ। ਇਹਦੇ ਵਿੱਚ ਪਾਰਟ 7 ਦੇ ਵਿੱਚ ਸਿਰਫ ਇੱਕੋ ਇੱਕ ਆਰਟੀਕਲ ਆਉਂਦਾ ਸੀ, ਆਰਟੀਕਲ ਨੰਬਰ 238। ਤਾਂ ਇਸ ਨੂੰ ਵੀ ਜਿਹੜਾ ਸੀਗਾ ਉਹ 7th ਅਮੈਂਡਮੈਂਟ ਦੇ ਤਹਿਤ 1956 ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ। ਠੀਕ ਹੈ, ਨੈਕਸਟ ਆਪਣੇ ਕੋਲ ਆਉਂਦਾ ਪਾਰਟ ਨੰਬਰ 8। ਤਾਂ ਪਾਰਟ ਨੰਬਰ 8 ਦੇ ਵਿੱਚ ਆਪਣੇ ਕੋਲ ਆ ਗਈਆਂ UT, UTC ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼। ਤਾਂ ਇਸ ਦੇ ਵਿੱਚ ਆਪਣੇ ਕੋਲ 239 ਤੋਂ ਲੈ ਕੇ 242 ਤੱਕ ਆਰਟੀਕਲ ਰਹਿਣ ਵਾਲੇ ਨੇ। ਠੀਕ ਹੈ, ਜਿਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਫਸਟ ਆਪਣੇ ਕੋਲ ਜਿਵੇਂ ਕਿ ਦੇ ਰੱਖਿਆ ਆਰਟੀਕਲ ਨੰਬਰ 239, ਇਸ ਦੇ ਵਿੱਚ ਕੀ ਆਪਣੇ ਕੋਲ ਐਡਮਿਨਿਸਟ੍ਰੇਸ਼ਨ ਆਫ ਯੂਨੀਅਨ ਟੈਰੀਟਰੀਜ਼ ਯਾਨੀ ਕਿ ਐਡਮਿਨਿਸਟ੍ਰੇਸ਼ਨ ਆਫ ਯੂਨੀਅਨ ਟੈਰੀਟਰੀਜ਼। ਤਾਂ ਜਿਹੜੀ ਐਡਮਿਨਿਸਟ੍ਰੇਸ਼ਨ ਹੁੰਦੀ ਹੈ, ਠੀਕ ਹੈ, ਯੂਨੀਅਨ ਟੈਰੀਟਰੀ ਨੂੰ ਸੰਭਾਲਦਾ ਕੌਣ ਹੈ, ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕੌਣ ਕਰਦਾ, ਤਾਂ ਇਹ ਜਿਹੜੀਆਂ ਯੂਨੀਅਨ ਟੈਰੀਟਰੀਜ਼ ਹੁੰਦੀਆਂ ਇਹ ਡਾਇਰੈਕਟ ਕਿਹਦੇ ਹੱਥ ਵਿੱਚ ਹੁੰਦੀਆਂ ਨੇ, ਇਹ ਪ੍ਰੈਜ਼ੀਡੈਂਟ ਦੇ ਹੱਥ ਵਿੱਚ ਹੁੰਦੀਆਂ ਨੇ ਯਾਨੀ ਕਿ ਰਾਸ਼ਟਰਪਤੀ ਦੇ ਹੱਥ ਵਿੱਚ ਹੁੰਦੀਆਂ ਨੇ। ਨੈਕਸਟ ਆਰਟੀਕਲ ਦੀ ਗੱਲ ਕਰੀਏ ਤਾਂ ਉਹ ਹੈ ਆਪਣੇ ਕੋਲ 239A। ਤਾਂ 239A, ਤਾਂ ਇਹ ਅਗਰ ਇਹਦੇ ਨਾਲ ਵੱਡਾ ਏ ਲੱਗਿਆ ਹੋਇਆ ਨਾ, ਤਾਂ ਇਹ ਮੈਂ ਪਹਿਲੀਆਂ ਕਲਾਸਿਸ ਵੀ ਦੱਸ ਚੁੱਕਿਆ ਹਾਂ ਕਿ ਅਗਰ ਕਿਸੇ ਵੀ ਆਰਟੀਕਲ ਦੇ ਨਾਲ ਇਸ ਤਰੀਕੇ ਨਾਲ ਛੋਟਾ ਕੋਈ ਵੀ ਅਲਫਾਬੈਟ ਲੱਗਿਆ ਹੋਏਗਾ ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਸੰਵਿਧਾਨ ਲਾਗੂ ਹੋਇਆ ਸੀ ਜਾਂ ਬਣਿਆ ਸੀਗਾ ਉਸ ਟਾਈਮ ਤੋਂ ਹੀ ਇਹ ਆਰਟੀਕਲ ਜੋ ਹੈ ਉਸਦੇ ਨਾਲ ਐਡ ਹੈ, ਚੱਲ ਰਿਹਾ ਹੈ। ਬਟ ਅਗਰ ਕਿਸੇ ਦੇ ਨਾਲ ਕੋਈ ਵੀ ਵੱਡਾ ਅਲਫਾਬੈਟ ਲੱਗਿਆ ਹੋਇਆ ਯਾਨੀ ਕਿ ਏ ਲੱਗਿਆ ਹੋਇਆ, ਬੀ ਲੱਗਿਆ ਹੋਇਆ, ਇਸ ਤਰੀਕੇ ਨਾਲ ਕੁਛ ਵੀ ਲੱਗਿਆ ਹੋਇਆ, ਤਾਂ ਉਸਦਾ ਮਤਲਬ ਇਹ ਹੁੰਦਾ ਹੈ ਕਿ ਇਹ ਜਿਹੜਾ ਆਰਟੀਕਲ ਹੈ ਇਹ ਅਮੈਂਡਮੈਂਟ ਦੇ ਤਹਿਤ ਐਡ ਹੋਇਆ ਹੈ ਸੰਵਿਧਾਨ ਦੇ ਵਿੱਚ। ਠੀਕ ਹੈ, ਤਾਂ ਇਹ ਆਪਣਾ ਜੋ ਆਰਟੀਕਲ ਹੈ, ਆਰਟੀਕਲ ਨੰਬਰ 239A, ਤਾਂ ਇਹ ਆਪਣਾ ਅਮੈਂਡਮੈਂਟ ਦੇ ਤਹਿਤ ਐਡ ਹੋਇਆ ਸੀ। ਅਤੇ ਇਹਦੇ ਵਿੱਚ ਹੋਇਆ ਕੀ ਸੀਗਾ, ਯਾਨੀ ਕਿ ਸੰਸਦ ਦੁਆਰਾ ਯੂਟੀਜ਼ ਦੀ ਵਿਧੀ ਨੂੰ ਦਰਸਾਉਣਾ, ਠੀਕ ਹੈ, ਕਿ ਕਿਸ ਤਰੀਕੇ ਨਾਲ ਉਹਨਾਂ ਦਾ ਵਧੀਆ ਮੰਡਲ ਅਤੇ ਮੰਤਰੀ ਮੰਡਲ ਸੁਝਾਨ ਕੀਤਾ ਜਾਵੇ। ਠੀਕ ਹੈ, ਇਸ ਵਿੱਚ ਸਿਰਫ ਦੋ ਯੂਟੀਜ਼ ਆਉਂਦੀਆਂ ਨੇ, ਇੱਕ ਤਾਂ ਹੈ ਆਪਣੇ ਕੋਲ ਪੁੰਡੂਚੇਰੀ ਔਰ ਦੂਸਰੀ ਹੈ ਆਪਣੀ ਜੰਮੂ ਐਂਡ ਕਸ਼ਮੀਰ। ਠੀਕ ਹੈ, ਜੰਮੂ ਐਂਡ ਕਸ਼ਮੀਰ, ਤਾਂ ਇਹ ਕੀ ਨੇ, UTs ਨੇ ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼। ਤਾਂ ਇਹਦੇ ਵਿੱਚ ਸਿਰਫ ਦੋ ਆਉਂਦੇ ਨੇ, ਇੱਕ ਪੁੰਡੂਚੇਰੀ ਆਉਂਦਾ ਆਪਣੇ ਕੋਲ ਔਰ ਇੱਕ ਆਪਣੇ ਕੋਲ ਜੰਮੂ ਐਂਡ ਕਸ਼ਮੀਰ। ਅਗਰ ਟੋਟਲ UTs ਦੀ ਗੱਲ ਕਰੀਏ ਯਾਨੀ ਕਿ ਟੋਟਲ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗੱਲ ਕਰੀਏ ਤਾਂ ਆਪਣੇ ਭਾਰਤ ਦੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਔਰ ਅਗਰ ਸਟੇਟਸ ਦੀ ਗੱਲ ਕਰੀਏ ਤਾਂ 28 ਸਟੇਟਸ ਨੇ। ਠੀਕ ਹੈ, ਨੈਕਸਟ ਆਰਟੀਕਲ ਜੋ ਹੈ ਉਹ ਆਪਣੇ ਕੋਲ ਹੈ ਜੀ ਆਰਟੀਕਲ ਨੰਬਰ 239AA। ਠੀਕ ਹੈ, ਆਰਟੀਕਲ ਨੰਬਰ 239AA, ਤਾਂ ਇਸ ਦੇ ਵਿੱਚ ਕੀ ਹੈ ਆਪਣੇ ਕੋਲ, ਇਸਦਾ ਮਤਲਬ ਇਹ ਹੈ ਕਿ ਦਿੱਲੀ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰਦਾਨ। ਤਾਂ ਇਹ ਆਰਟੀਕਲ ਕੀ ਕਰਦਾ ਹੈ, ਦਿੱਲੀ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰਦਾਨ ਜਿਹੜੀ ਨੇ ਉਹ ਪ੍ਰਦਾਨ ਕਰਦਾ ਹੈ। ਤਾਂ ਇਹ ਆਰਟੀਕਲ ਜਿਹੜਾ ਸੀਗਾ ਇਹ ਕਿਹੜੀ ਅਮੈਂਡਮੈਂਟ ਦੇ ਤਹਿਤ ਹੋਇਆ ਸੀ, ਇਹ 69th ਅਮੈਂਡਮੈਂਟ ਦੇ ਤਹਿਤ ਜਿਹੜਾ ਸੀਗਾ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਐਡ ਹੋਇਆ ਸੀ, ਜਿਹੜੀ ਕਿ 1991 ਦੇ ਵਿੱਚ ਹੋਈ ਸੀ। ਠੀਕ ਹੈ, ਜਿਹੜੀ ਕਿ 1991 ਦੇ ਵਿੱਚ ਹੋਈ ਸੀ।
ਦਿੱਲੀ ਦੇ ਮੁੱਖ ਮੰਤਰੀ ਦੀ ਨਿਯੁਕਤੀ ਜਿਹੜੀ ਸੀਗੀ ਉਹ ਰਾਸ਼ਟਰਪਤੀ ਕਰਦਾ ਹੈ, ਠੀਕ ਹੈ। ਤਾਂ ਉਹ ਵੀ ਜਿਹੜਾ ਸੀਗਾ ਇਸੇ ਦੇ ਨਾਲ ਸੰਬੰਧਿਤ ਆਊਗਾ, ਜਿਹੜਾ ਕਿਉਂਕਿ ਜਿਹੜਾ ਆਪਣੇ ਦਿੱਲੀ ਦੇ ਨਾਲ ਸੰਬੰਧਿਤ ਆ ਗਿਆ ਨਾ, ਦਿੱਲੀ ਦੇ ਨਾਲ ਸੰਬੰਧਿਤ ਵਿਸ਼ੇਸ਼ ਪ੍ਰਧਾਨ ਜਿਹੜੇ ਨੇ, ਤਾਂ ਉਹ ਜਿਹੜੇ ਕਿਹਦੇ ਵਿੱਚ ਨੇ, ਆਰਟੀਕਲ ਨੰਬਰ 243 AA ਦੇ ਵਿੱਚ। ਤਾਂ ਦਿੱਲੀ ਅਜਿਹੀ ਇੱਕੋ ਇੱਕ ਥਾਂ ਹੈ ਜਿਸ ਦਾ ਆਪਣਾ ਪਰਸਨਲ ਹਾਈ ਕੋਰਟ ਹੈ, ਯਾਨੀ ਕਿ ਦਿੱਲੀ ਹਾਈ ਕੋਰਟ। ਹੋਰ ਕਿਸੇ ਦਾ ਵੀ ਆਪਣਾ ਪਰਸਨਲ ਹਾਈ ਕੋਰਟ ਜਿਹੜਾ ਉਹ ਨਹੀਂ ਹੈਗਾ, ਸਿਰਫ ਇੱਕ ਦਿੱਲੀ ਦਾ ਹੀ ਜਿਹੜਾ ਹੈ ਉਹ ਪਰਸਨਲ ਹਾਈ ਕੋਰਟ ਹੈ, ਜਿਸ ਨੂੰ ਆਪਾਂ ਦਿੱਲੀ ਹਾਈ ਕੋਰਟ ਦੇ ਨਾਮ ਨਾਲ ਜਾਣਦੇ ਹਾਂ, ਕਿਉਂਕਿ ਉਹ ਇੱਕ ਕੀ ਹੈ, NCT ਏਰੀਆ ਹੈ, NCT ਏਰੀਆ ਹੈ। ਔਰ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਹੈ ਉਸਨੂੰ ਕੌਣ ਨਿਯੁਕਤ ਕਰਦਾ ਹੈ, ਰਾਸ਼ਟਰਪਤੀ ਨਿਯੁਕਤ ਕਰਦਾ ਹੈ। ਨੈਕਸਟ ਆਰਟੀਕਲ ਦੀ ਗੱਲ ਕਰੀਏ ਤਾਂ ਨੈਕਸਟ ਆਰਟੀਕਲ ਜੋ ਹੈ ਆਪਣੇ ਕੋਲ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਆਰਟੀਕਲ ਨੰਬਰ 242। ਠੀਕ ਹੈ, ਆਰਟੀਕਲ ਨੰਬਰ 242 ਜਿਹਦੇ ਵਿੱਚ ਕੀ ਆਉਂਦਾ ਜੀ ਆਪਣੇ ਕੋਲ ਕੁਰਗ। ਤਾਂ ਕੁਰਗ ਦਾ ਮਤਲਬ ਕਿ ਕੁਰਗ ਨਾਲ ਸੰਬੰਧਿਤ ਜਿਹੜਾ ਇਹ ਆਰਟੀਕਲ ਆਪਣੇ ਕੋਲ 242 ਹੈ, ਇਸ ਨੂੰ ਵੀ ਜਿਹੜਾ ਸੀਗਾ ਉਹ 7th ਅਮੈਂਡਮੈਂਟ ਦੇ ਤਹਿਤ ਜਿਹੜਾ ਸੀਗਾ ਇਸ ਨੂੰ ਐਡ ਕੀਤਾ ਗਿਆ ਸੀਗਾ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ। ਆਰਟੀਕਲ ਨੰਬਰ 242 ਦੇ ਵਿੱਚ ਕੁਰਗ ਜਿਹੜਾ ਸੀਗਾ ਇਸ ਨੂੰ 7th ਅਮੈਂਡਮੈਂਟ ਦੇ ਅੰਦਰ ਐਡ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਆਪਣੇ ਕੋਲ ਪਾਠ ਸ਼ੁਰੂ ਹੋ ਜਾਂਦਾ ਪਾਠ ਨੰਬਰ 9। ਤਾਂ ਪਾਠ ਨੰਬਰ 9 ਦੇ ਵਿੱਚ ਆਪਾਂ ਪੜ੍ਹਾਂਗੇ ਪੰਚਾਇਤ। ਠੀਕ ਹੈ, ਤਾਂ ਪੰਚਾਇਤ ਆਰਟੀਕਲ ਨੰਬਰ 243 ਤੋਂ ਸ਼ੁਰੂ ਹੁੰਦੀ, ਯਾਨੀ ਕਿ ਆਪਣੇ ਕੋਲ ਜਿਹੜੀ ਪੰਚਾਇਤ ਹੈ ਇਹ 243 ਨੰਬਰ ਆਰਟੀਕਲ ਦੇ ਵਿੱਚ ਹੀ ਚੱਲੇਗੀ। ਇਹਦੇ ਵਿੱਚ 243 ਤੋਂ 244 ਨਹੀਂ ਹੋਊਗਾ, ਬਟ ਇਹਦੇ ਵਿੱਚ ਪਾਰਟਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੋਣਗੇ, ਜਿਵੇਂ ਕਿ 243 ਦੇ ਵਿੱਚ ਪਾਰਟਸ ਏ ਹੋ ਗਿਆ, ਬੀ ਹੋ ਗਿਆ, ਸੀ ਹੋ ਗਿਆ, ਜਾਂ ਫਿਰ ਕੇ ਹੋ ਗਿਆ, ਐਲ ਹੋ ਗਿਆ, ਐਮ ਹੋ ਗਿਆ। ਇਸ ਤਰੀਕੇ ਨਾਲ ਇਹਦੇ ਬਹੁਤ ਸਾਰੇ ਪਾਰਟਸ ਨੇ ਜਿਹੜਾ ਕਿ ਇਹ 243 ਨੰਬਰ ਆਰਟੀਕਲ ਦੇ ਵਿੱਚ ਹੀ ਸਾਰੀ ਪੰਚਾਇਤ ਖਤਮ ਹੋਵੇਗੀ। ਤਾਂ ਉਸੇ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ 243 ਨੰਬਰ ਫਸਟ ਆਪਣੇ ਕੋਲ ਆਰਟੀਕਲ ਹੈ, ਇਸ ਦੇ ਵਿੱਚ ਕੀ ਇਹਦੀ ਡੈਫੀਨੇਸ਼ਨ ਹੈ। ਠੀਕ ਹੈ, ਕਿਸ ਦੀ ਡੈਫੀਨੇਸ਼ਨ ਹੈ, ਪੰਚਾਇਤ ਦੀ। ਠੀਕ ਹੈ, ਤਾਂ ਪੰਚਾਇਤ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਕਿਸ ਦੇ ਵਿੱਚ ਹੈ, 243 ਨੰਬਰ ਆਰਟੀਕਲ ਦੇ ਵਿੱਚ ਹੈ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 243 AA, ਅਤੇ ਇਸ ਦੇ ਵਿੱਚ ਕੀ ਆਪਣੇ ਕੋਲ ਗ੍ਰਾਮ ਸਭਾ। ਤਾਂ ਗ੍ਰਾਮ ਸਭਾ ਜਿਹੜੀ ਹੈਗੀ ਉਹ ਕਿਹਦੇ ਵਿੱਚ ਆਪਣੇ ਕੋਲ, ਆਰਟੀਕਲ ਨੰਬਰ 243 AA ਦੇ ਵਿੱਚ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਆਰਟੀਕਲ ਨੰਬਰ 243 C, ਜਿਹਦੇ ਵਿੱਚ ਆਪਣੇ ਕੋਲ ਆਉਂਦਾ ਪੰਚਾਇਤ ਸਟਰਕਚਰ। ਠੀਕ ਹੈ, ਤਾਂ ਕੀ ਕਹਿੰਦੇ ਨੇ ਕਿ ਆਪਣੇ ਭਾਰਤ ਦੀ ਜਿਹੜੀ ਪੰਚਾਇਤੀ ਸਟਰਕਚਰ ਹੈ ਉਹ ਕਿਸ ਤਰੀਕੇ ਦੀ ਹੈ। ਤਾਂ ਭਾਰਤ ਦੀ ਸਟਰਕਚਰ ਜਿਹੜੀ ਹੈ ਉਹ ਕੁਛ ਇਸ ਤਰੀਕੇ ਦੇ ਨਾਲ ਵੰਡੀ ਹੋਈ ਹੈ। ਠੀਕ ਹੈ, ਅਗਰ ਇੱਥੇ ਗੱਲ ਕਰੀਏ ਤਾਂ ਇਹ ਆਪਣੇ ਕੋਲ ਕੀ ਆਉਂਦੀ ਹੈ ਜੀ, ਇਹ ਆਪਣੇ ਕੋਲ ਆ ਜਾਂਦੀ ਹੈ ਜ਼ਿਲ੍ਹਾ ਪਰਿਸ਼ਦ। ਠੀਕ ਹੈ, ਸੈਕਿੰਡ ਦੀ ਗੱਲ ਕਰੀਏ ਤਾਂ ਇਹ ਆਪਣੇ ਕੋਲ ਆ ਜਾਂਦੀ ਹੈ ਪੰਚਾਇਤ। ਥਰਡ ਦੀ ਗੱਲ ਕਰੀਏ ਤਾਂ ਇਹ ਆਪਣੇ ਕੋਲ ਆ ਜਾਂਦੀ ਹੈ ਗ੍ਰਾਮ ਪੰਚਾਇਤ। ਠੀਕ ਹੈ, ਯਾਨੀ ਕਿ ਜਿਵੇਂ ਆਪਣੇ ਕੋਲ ਛੋਟੇ ਹੁੰਦੇ ਨਾ ਗਾਓਂ ਹੁੰਦੇ, ਪਿੰਡ ਹੁੰਦੇ, ਠੀਕ ਹੈ, ਉਹਨਾਂ ਦੇ ਵਿੱਚ ਗ੍ਰਾਮ ਪੰਚਾਇਤਾਂ ਹੁੰਦੀਆਂ, ਅਤੇ ਇਹ ਆਪਣੇ ਕੋਲ ਹੋ ਜਾਂਦੀਆਂ। ਇਹ ਆਪਣੇ ਕੋਲ ਬਲੋਕ ਦਾ ਏਰੀਆ ਆ ਗਿਆ, ਠੀਕ ਹੈ, ਇਹ ਪੂਰੀ ਡਿਸਟ੍ਰਿਕਟ ਆ ਗਈ, ਯਾਨੀ ਕਿ ਜ਼ਿਲ੍ਹਾ। ਤਾਂ ਇਹਦਾ ਮਤਲਬ ਕੀ ਹੈ ਕਿ ਜ਼ਿਲ੍ਹੇ ਦੇ ਅੰਦਰ ਪੰਚਾਇਤ ਹੋਊਗੀ। ਠੀਕ ਹੈ, ਪੰਚਾਇਤ ਦੇ ਅੰਦਰ ਗ੍ਰਾਮ ਪੰਚਾਇਤਾਂ ਦੀਆਂ ਅਲੱਗ ਅਲੱਗ ਪਿੰਡਾਂ ਨੂੰ ਵੰਡੀਆਂ ਹੋਣਗੀਆਂ। ਤਾਂ ਇਹ ਅਗਰ ਗੱਲ ਕਰੀਏ ਸਟਰਕਚਰ ਦੀ, ਤਾਂ ਇਹ ਸਟਰਕਚਰ ਜਿਹੜੀ ਸੀਗੀ ਇਹ ਕਿਸਨੇ ਤਿਆਰ ਕੀਤੀ ਹੈ, ਕਿਸਨੇ ਬਣਵਾਈ ਹੈ। ਠੀਕ ਹੈ, ਤਾਂ ਜਿਹੜੀ ਇਹ ਸਟਰਕਚਰ ਸੀਗੀ ਇਹ ਬਲਵੰਤ ਰਾਏ ਕਮੇਟੀ ਦੁਆਰਾ ਜਿਹੜੀ ਸੀਗੀ ਇਹ ਸਟਰਕਚਰ ਤਿਆਰ ਕੀਤੀ ਗਈ ਸੀ। ਔਰ ਇਹ ਆਪਣੇ ਭਾਰਤ ਦੇ ਸੰਵਿਧਾਨ ਦੇ ਜਿਹੜੀ ਸੀ ਇਹੀ ਜਿਹੜੀ ਸੀਗੀ ਪੰਚਾਇਤੀ ਸਟਰਕਚਰ ਦੇ ਤਹਿਤ ਜਿਹੜਾ ਸੀਗਾ ਇਸਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ। ਔਰ ਇਸਨੂੰ ਆਪਾਂ ਜਿਹੜਾ ਹੈ 3-tier ਸਿਸਟਮ ਦੇ ਨਾਮ ਨਾਲ ਵੀ ਜਾਣਦੇ ਹਾਂ, ਕਿਉਂਕਿ ਇਹਦੇ ਵਿੱਚ 3-tier ਸਿਸਟਮ ਬਣ ਜਾਂਦੇ ਨੇ, ਜ਼ਿਲ੍ਹਾ ਪਰਿਸ਼ਦ, ਪੰਚਾਇਤ ਔਰ ਗ੍ਰਾਮ ਪੰਚਾਇਤ। ਤਾਂ 3-tier ਬਣਦੇ ਨੇ, ਅਤੇ ਇਸ ਲਈ ਆਪਾਂ ਨੂੰ ਇਸਨੂੰ 3-tier ਸਿਸਟਮ ਦੇ ਨਾਮ ਨਾਲ ਵੀ ਜਾਣਦੇ ਹਾਂ। ਤਾਂ ਜਿਹੜਾ ਇਹ 3-tier ਸਿਸਟਮ ਸੀਗਾ, ਯਾਨੀ ਕਿ ਬਲਵੰਤ ਰਾਏ ਕਮੇਟੀ ਦੁਆਰਾ 3-tier ਸਿਸਟਮ ਜਿਹੜਾ ਇਹ ਦਿੱਤਾ ਗਿਆ ਸੀ, ਕਦੋਂ ਦਿੱਤਾ ਗਿਆ ਸੀ, 1957 ਦੇ ਵਿੱਚ। 1957 ਦੇ ਵਿੱਚ ਜਿਹੜੀ ਸੀਗੀ ਇਹ ਗ੍ਰਾਮ ਪੰਚਾਇਤ ਪਹਿਲੀ ਵਾਰ ਬਣੀ ਸੀ। ਔਰ ਸਭ ਤੋਂ ਪਹਿਲੀ ਵਾਰ ਕਿੱਥੇ ਲਾਗੂ ਹੋਈ ਸੀ, ਰਾਜਸਥਾਨ ਦੇ ਵਿੱਚ। ਸਭ ਤੋਂ ਪਹਿਲੀ ਵਾਰ ਜਿਹੜੀ ਸੀਗੀ ਗ੍ਰਾਮ ਪੰਚਾਇਤ, ਯਾਨੀ ਕਿ ਪੰਚਾਇਤੀ ਰਾਜ ਜਿਹੜਾ ਸੀਗਾ, ਕਿੱਥੇ ਲਾਗੂ ਹੋਇਆ ਸੀ, ਰਾਜਸਥਾਨ ਦੇ ਵਿੱਚ ਸਭ ਤੋਂ ਪਹਿਲੀ ਵਾਰ ਲਾਗੂ ਹੋਇਆ ਸੀ।
ਨੈਕਸਟ ਜੋ ਆਰਟੀਕਲ ਹੈ ਉਹ ਹੈ ਆਪਣੇ ਕੋਲ ਆਰਟੀਕਲ ਨੰਬਰ 243 ਡੀ, ਜਿਹਦੇ ਵਿੱਚ ਦਿੱਤੀ ਹੋਈ ਹੈ ਰਿਜ਼ਰਵੇਸ਼ਨ। ਤਾਂ ਰਿਜ਼ਰਵੇਸ਼ਨ ਕਿਸ ਦੇ ਲਈ? ਤਾਂ ਰਿਜ਼ਰਵੇਸ਼ਨ ਜਿਹੜੀਆਂ ਹੁੰਦੀਆਂ ਨੇ ਕੋਈ ਉਹੋ ਜਿਹੀਆਂ ਜਾਤੀਆਂ ਹੁੰਦੀਆਂ ਨੇ, ਪ੍ਰਜਾਤੀਆਂ ਹੁੰਦੀਆਂ ਨੇ, ਠੀਕ ਹੈ, ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀਆਂ ਜਾਂਦੀਆਂ ਨੇ। ਤਾਂ ਇਸੇ ਤਰੀਕੇ ਨਾਲ ਰਿਜ਼ਰਵੇਸ਼ਨ ਦੀ ਗੱਲ ਕਰੀਏ ਤਾਂ ਐਸ ਸੀ ਕੋਟਾ ਹੁੰਦਾ, ਐਸ ਟੀ ਕੋਟਾ ਹੁੰਦਾ, ਜਾਂ ਫਿਰ ਆਪਣੇ ਕੋਲ ਵੂਮੈਨਸ ਹੋ ਗਈ, ਠੀਕ ਹੈ, ਬਟ ਓਨਲੀ ਫੋਰ ਵੂਮੈਨਸ। ਇਸ ਕਿੰਨੀ ਹੈਗੀ ਆਪਣੇ ਕੋਲ? 33, ਠੀਕ ਹੈ। ਤਾਂ ਐਸ ਸੀ ਕੋਟੇ ਜਿਹੜੇ ਨੇ ਉਹਨਾਂ ਨੂੰ, ਐਸ ਟੀ ਕੋਟੇ ਜਿਹੜੇ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀਆਂ ਨੇ, ਬਟ ਅਗਰ ਇਕੱਲੀ ਵੂਮੈਨਸ ਦੀ ਗੱਲ ਕਰੀਏ ਤਾਂ ਇਹਨਾਂ ਨੂੰ 33% ਦਾ ਕੋਟਾ ਜਿਹੜਾ ਹੁੰਦਾ ਉਹ ਹਰ ਫੀਲਡ ਦੇ ਵਿੱਚ ਇਹਨਾਂ ਨੂੰ ਦਿੱਤਾ ਜਾਂਦਾ ਹੈ, ਠੀਕ ਹੈ। ਤਾਂ ਇਹਨਾਂ ਪਾਰਲੀਮੈਂਟ ਯਾਨੀ ਕਿ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ 33% ਜਿਹੜਾ ਕੋਟਾ ਹੈ, ਠੀਕ ਹੈ, ਇਹ ਔਰਤਾਂ ਨੂੰ ਦਿੱਤਾ ਜਾਏਗਾ ਹਰ ਇੱਕ ਫੀਲਡ ਦੇ ਵਿੱਚ। ਤਾਂ ਇਹ ਅਗਰ ਰਿਜ਼ਰਵੇਸ਼ਨ ਦੀ ਗੱਲ ਕਰੀਏ ਤਾਂ ਇਹ ਹਰ ਇੱਕ ਸਟੇਟ ਦੀ, ਕਿਉਂਕਿ ਆਪਣੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਸ ਨੇ, ਤਾਂ ਹਰ ਇੱਕ ਸਟੇਟ ਦੀਆਂ ਰਿਜ਼ਰਵੇਸ਼ਨਸ ਅਲੱਗ ਅਲੱਗ ਹੋ ਸਕਦੀਆਂ ਨੇ ਕਿ ਕਿਸੇ ਸਟੇਟ ਦੇ ਵਿੱਚ ਕਿਸੇ ਨੂੰ ਕਿੰਨੀ ਰਿਜ਼ਰਵੇਸ਼ਨ ਦਿੱਤੀ ਜਾ ਰਹੀ ਹੈ, ਠੀਕ ਹੈ, ਕਿਸੇ ਨੂੰ ਕਿੰਨੀ ਦਿੱਤੀ ਜਾ ਰਹੀ ਹੈ। ਤਾਂ ਹਰੇਕ ਦੇ ਨਾਲ ਇਹ ਅਲੱਗ ਅਲੱਗ ਹੋ ਸਕਦਾ, ਬਟ ਜਿਹੜੀ ਆਪਾਂ ਵੂਮੈਨਸ ਦੀ ਗੱਲ ਕਰੀਏ ਤਾਂ ਉਹ ਹਰੇਕ ਸਟੇਟ ਦੇ ਵਿੱਚ ਉਹਨਾਂ ਨੂੰ 33% ਦਾ ਜਿਹੜਾ ਕੋਟਾ ਉਹ ਮਿਲੇਗਾ ਹੀ ਮਿਲੇਗਾ, ਬਟ ਅਗਰ ਐਸ ਸੀ ਐਸ ਟੀ ਦੀ ਗੱਲ ਕਰੀਏ ਤਾਂ ਉਹ ਸਟੇਟ ਵਾਈਜ਼ ਡਿਫਰੈਂਟ ਹੋ ਸਕਦੇ ਹਨ। ਤਾਂ ਆਰਟੀਕਲ ਨੰਬਰ 243 ਈ ਦੇ ਵਿੱਚ ਆਪਣੇ ਕੋਲ ਹੈ ਟੈਨਿਓਰ, ਠੀਕ ਹੈ। ਟੈਨਿਓਰ ਕੀ ਜਿਹੜੀ ਹੈ ਪੰਚਾਇਤ ਦੇ ਬਾਰੇ ਗੱਲ ਕਰ ਰਹੇ ਹਾਂ, ਤਾਂ ਪੰਚਾਇਤ ਦਾ ਟੈਨਿਓਰ ਕਿੰਨਾ ਹੋਏਗਾ ਯਾਨੀ ਕਿ ਕਾਰਜਕਾਲ ਕਿੰਨਾ ਹੋਏਗਾ, ਮਤਲਬ ਕਿ ਕਿੰਨੇ ਸਮੇਂ ਦੇ ਲਈ ਉਹ ਜਿਹੜੀ ਹੈ ਪੰਚਾਇਤ ਬਣੀ ਰਹੇਗੀ। ਤਾਂ 5 ਸਾਲ ਤੱਕ ਪੰਚਾਇਤ ਬਣਦੀ ਹੈ, ਠੀਕ ਹੈ, ਤਾਂ 5 ਸਾਲ 'ਤੇ ਕੀ ਆ ਜਾਏਗਾ, ਤਾਂ ਕਾਰਜਕਾਲ ਆ ਜਾਏਗਾ। ਉਸ ਤੋਂ ਬਾਅਦ ਆਪਣੇ ਕੋਲ ਆਰਟੀਕਲ ਹੈ ਆਰਟੀਕਲ ਨੰਬਰ 243 ਆਈ, ਠੀਕ ਹੈ, ਆਰਟੀਕਲ ਨੰਬਰ 243 ਆਈ। ਇਸ ਦੇ ਵਿੱਚ ਕੀ ਆਪਣੇ ਕੋਲ? ਫਾਈਨੈਂਸ ਕਮਿਸ਼ਨ ਆਫ ਸਟੇਟ, ਸਟੇਟ ਦਾ ਫਾਈਨੈਂਸ ਕਮਿਸ਼ਨ ਜਿਹੜਾ ਕਿ ਕਿਹਦੇ ਦੁਆਰਾ ਹੋਲਡ ਕੀਤਾ ਜਾਂਦਾ? ਗਵਰਨਰ ਦੁਆਰਾ, ਠੀਕ ਹੈ। ਫਾਈਨੈਂਸ ਕਮਿਸ਼ਨ ਕੀਦਾ? ਸਟੇਟ ਦਾ, ਤਾਂ ਸਟੇਟ ਦਾ ਮੁਖੀ ਕੌਣ ਹੁੰਦਾ? ਗਵਰਨਰ। ਤਾਂ ਕਿਹਦੇ ਦੁਆਰਾ ਹੋਲਡ ਕੀਤਾ ਜਾਊਗਾ? ਗਵਰਨਰ ਦੁਆਰਾ। ਨੈਕਸਟ ਆਰਟੀਕਲ ਦੀ ਅਗਰ ਗੱਲ ਕਰੀਏ ਤਾਂ ਨੈਕਸਟ ਆਰਟੀਕਲ ਜੋ ਹੈ ਆਪਣੇ ਕੋਲ ਉਹ ਹੈ ਆਰਟੀਕਲ ਨੰਬਰ 243 ਕੇ। ਇਸ ਦੇ ਵਿੱਚ ਆਪਣੇ ਕੋਲ ਸਟੇਟ ਇਲੈਕਸ਼ਨ ਕਮਿਸ਼ਨ, ਸਟੇਟ ਇਲੈਕਸ਼ਨ ਕਮਿਸ਼ਨ। ਤਾਂ ਸਟੇਟ ਇਲੈਕਸ਼ਨ ਕਮਿਸ਼ਨ ਜਿਹੜੀ ਹੁੰਦੀ ਹੈ ਇਹ ਰਾਜਾਂ ਦੇ ਇਲੈਕਸ਼ਨਸ ਜਿਹੜੇ ਹੁੰਦੇ ਨੇ ਉਹ 243 ਕੇ ਵਿੱਚ ਆਉਂਦੇ ਹਨ, ਠੀਕ ਹੈ, ਕਿਉਂਕਿ ਇਹ ਕੀ ਹੈ? ਸਟੇਟ ਇਲੈਕਸ਼ਨ ਕਮਿਸ਼ਨ। ਤਾਂ ਸਟੇਟ ਇਲੈਕਸ਼ਨ ਕਮਿਸ਼ਨ ਕੀ ਕਰੂਗੀ? ਰਾਜਾਂ ਯਾਨੀ ਕਿ ਰਾਜ ਹੋ ਗਿਆ ਨਾ ਆਪਣੇ ਕੋਲ, ਸਟੇਟ ਹੋ ਗਿਆ, ਰਾਜ ਹੋ ਗਏ, ਤਾਂ ਰਾਜਾਂ ਦੇ ਜਿਹੜੇ ਇਲੈਕਸ਼ਨਸ ਹੋਣਗੇ ਉਹ ਕਿਹਦੇ ਅੰਦਰ ਆਉਂਦੇ ਨੇ? ਆਪਣੇ ਕੋਲ 243 ਕੇ ਦੇ ਆਉਂਦੇ ਹਨ। ਅਤੇ ਇਸ ਦੀ ਨਿਯੁਕਤੀ ਜਿਹੜੀ ਹੈ ਕੌਣ ਕਰਦਾ ਹੈ? ਉਹ ਗਵਰਨਰ ਕਰਦਾ ਹੈ, ਯਾਨੀ ਕਿ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਇਹੀ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਹੁੰਦੀ ਹੈ ਇਹੀ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜਿਹੜੀਆਂ ਵੋਟਾਂ ਪੈਂਦੀਆਂ ਹੁੰਦੀਆਂ, ਠੀਕ ਹੈ, ਸਰਪੰਚੀ ਦੀਆਂ ਵੋਟਾਂ ਜਾਂ ਫਿਰ ਮਿਊਨਸੀਪਾਲਟੀ ਦੀਆਂ ਵੋਟਾਂ, ਉਹ ਸਾਰੀਆਂ ਜਿਹੜੀਆਂ ਵੋਟਾਂ ਹੁੰਦੀਆਂ ਉਹ ਕੌਣ ਕਵਰ ਕਰਦਾ? ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਕਵਰ ਕਰਦਾ ਹੈ। ਨੈਕਸਟ ਜੋ ਹੈ ਆਪਣੇ ਕੋਲ ਪਾਰਟ ਸ਼ੁਰੂ ਹੁੰਦਾ ਹੈ 9A। ਤਾਂ 9A ਪਾਰਟ ਜਿਹੜਾ ਹੈ ਇਸ ਦੇ ਅੰਦਰ ਆਪਣੇ ਕੋਲ ਨੇ ਮਿਊਨਸੀਪਾਲਟੀਜ਼, ਠੀਕ ਹੈ। ਤਾਂ ਮਿਊਨਸੀਪਾਲਟੀਜ਼ ਐਂਡ ਆਪਣੇ ਕੋਲ ਜਿਹੜੀ ਪੰਚਾਇਤ ਹੁੰਦੀ ਹੈ ਇਹਦੇ ਵਿੱਚ ਫਰਕ ਕੀ ਹੁੰਦਾ? ਕਿਉਂਕਿ ਆਪਾਂ ਕਈ ਵਾਰ ਪੜ੍ਹਦੇ ਹਾਂ ਬਟ ਇਹਨਾਂ ਦੀਆਂ ਜਿਹੜੀਆਂ ਕੰਮ ਹੁੰਦੇ ਉਹ ਸੇਮ ਹੁੰਦੇ ਆ, ਬਟ ਜਿਹੜੀ ਇਹਨਾਂ ਦੀ ਨੇਮ ਜਿਹੜੇ ਹੁੰਦੇ ਇਹਨਾਂ ਨੂੰ ਆਰਟੀਕਲਸ ਕਿਉਂ ਅਲੱਗ ਤੋਂ ਦਿੱਤੇ ਗਏ ਨੇ? ਤਾਂ ਇੱਕ ਹੁੰਦੀ ਹੈ ਪੰਚਾਇਤ ਔਰ ਇੱਕ ਹੁੰਦੀ ਹੈ ਮਿਊਨਸੀਪਾਲਟੀ। ਤਾਂ ਇਹਨਾਂ ਦੋਵਾਂ ਦੇ ਵਿੱਚ ਡਿਫਰੈਂਟ ਹੁੰਦਾ। ਡਿਫਰੈਂਸ ਕੀ ਹੁੰਦਾ ਹੈ? ਜਿਹੜੀ ਪੰਚਾਇਤ ਹੁੰਦੀ ਹੈ ਇਹ ਹੁੰਦੀ ਹੈ ਪਿੰਡਾਂ ਦੇ ਵਿੱਚ, ਠੀਕ ਹੈ, ਔਰ ਜਿਹੜੀ ਮਿਊਨਸੀਪਾਲਟੀਜ਼ ਹੁੰਦੀ ਹੈ ਇਹ ਹੁੰਦੀ ਹੈ ਸ਼ਹਿਰਾਂ ਦੇ ਵਿੱਚ, ਠੀਕ ਹੈ। ਪੰਚਾਇਤ ਹੁੰਦੀ ਪਿੰਡਾਂ ਦੇ ਵਿੱਚ ਔਰ ਜਿਹੜੀ ਮਿਊਨਸੀਪਾਲਟੀਜ਼ ਹੁੰਦੀ ਸ਼ਹਿਰਾਂ ਦੇ ਵਿੱਚ, ਠੀਕ ਹੈ। ਜਿਵੇਂ ਕਿ ਮੰਨ ਕੇ ਚੱਲੋ ਕੋਈ ਵੀ ਤੁਹਾਡਾ ਬਲੋਕ ਹੈ, ਠੀਕ ਹੈ, ਬਲੋਕ ਹੈ ਜਿਸ ਦੇ ਅੰਦਰ ਤੁਹਾਡਾ ਕੋਈ ਪਿੰਡ ਆਉਂਦਾ, ਤੁਹਾਡਾ ਕੋਈ ਉੱਥੇ ਬਲੋਕ ਡਿਸਟ੍ਰਿਕਟ ਬਣੀ ਹੋਈ ਹੈ, ਠੀਕ ਹੈ। ਤਾਂ ਉਸ 'ਤੇ ਕੀ ਹੋਊਗਾ? ਜਿਹੜਾ ਉਹ ਬਲੋਕ ਹੋਊਗਾ, ਤੁਹਾਡਾ ਕੋਈ ਸ਼ਹਿਰ ਹੋਊਗਾ ਜਿਹੜਾ ਪਿੰਡ ਦੇ ਨਾਲ ਲੱਗਦਾ ਹੋਊਗਾ, ਉੱਥੇ ਕੀ ਬਣੀ ਹੋਊਗੀ? ਉੱਥੇ ਮਿਊਨਸੀਪਾਲਟੀ ਬਣੀ ਹੋਊਗੀ, ਠੀਕ ਹੈ, ਔਰ ਤੁਹਾਡੇ ਪਿੰਡਾਂ ਦੇ ਵਿੱਚ ਕੀ ਹੋਊਗੀ? ਪੰਚਾਇਤ ਹੋਊਗੀ, ਠੀਕ ਹੈ। ਦੈਨ ਨੈਕਸਟ ਜੋ ਆਪਣੇ ਕੋਲ ਆਰਟੀਕਲ ਸ਼ੁਰੂ ਹੁੰਦਾ ਸੀਗਾ, ਪਾਰਟ ਸ਼ੁਰੂ ਹੁੰਦਾ 9A, ਜਿਸ ਦੇ ਵਿੱਚ ਆਪਾਂ ਕਰਾਂਗੇ ਮਿਊਨਸੀਪਾਲਟੀ। ਤਾਂ ਇਸਦਾ ਪਹਿਲਾ ਆਰਟੀਕਲ ਜੋ ਹੈ ਉਹ ਹੈ ਆਪਣੇ ਕੋਲ 243। ਤੁਹਾਨੂੰ ਮੈਂ ਕਿਹਾ ਸੀ ਕਿ ਜਿਹੜਾ ਆਪਣਾ ਪਾਰਟ 9 ਰਹਿਣ ਵਾਲਾ ਇਹ, ਠੀਕ ਹੈ, ਆਪਣੇ ਕੋਲ ਪੰਚਾਇਤ ਐਂਡ ਮਿਊਨਸੀਪਾਲਟੀ ਸਾਰੀਆਂ 243 ਨੰਬਰ ਆਰਟੀਕਲ ਦੇ ਵਿੱਚ ਕੰਪਲੀਟ ਹੋਣੀਆਂ, ਬਟ ਇਹਨਾਂ ਦੇ ਪਾਰਟਸ ਨੇ ਜਿਹੜੇ ਉਹ ਅੱਗੋਂ ਬਹੁਤ ਜ਼ਿਆਦਾ ਫੈਲੇ ਹੋਏ ਨੇ। ਤਾਂ ਆਪਣੇ ਕੋਲ ਮਿਊਨਸੀਪਾਲਟੀਜ਼ ਵੀ ਕਿਹਦੇ ਵਿੱਚ ਚੱਲ ਰਹੀਆਂ ਨੇ? 243 ਦੇ ਵਿੱਚ ਚੱਲ ਰਹੀਆਂ ਨੇ, ਬਟ ਪਾਰਟ ਨੰਬਰ
ਪੀ ਤਾਂ ਪਾਰਟ ਨੰਬਰ ਪੀ ਦੇ ਵਿੱਚ ਇਹਦੀ ਕੀ ਆ ਜਾਂਦੀ ਹੈ ਡੈਫੀਨੇਸ਼ਨ ਕਿਸਦੀ, ਮਿਊਨਸੀਪਾਲਟੀਜ਼ ਦੀ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਆਰਟੀਕਲ ਹੈ 243 ਕਿਊ, ਤਾਂ 243 ਕਿਊ ਦੇ ਵਿੱਚ ਆਪਣੇ ਕੋਲ ਹੈ ਮਿਊਨਸੀਪਾਲਟੀ। ਠੀਕ ਹੈ, ਮਤਲਬ ਕਿ ਮਿਊਨਸੀਪਾਲਟੀ ਹੈ ਕਿਸ ਤਰੀਕੇ ਨਾਲ, ਕਿਵੇਂ ਬਣਦੀ ਹੈ, ਕਿੰਨੇ ਮੈਂਬਰ ਹੁੰਦੇ, ਸਭ ਕੁਝ ਜਿਹੜਾ ਹੁੰਦਾ ਆਪਣੇ ਕੋਲ ਕਿਊ ਦੇ ਵਿੱਚ ਦੱਸਿਆ ਜਾਂਦਾ ਹੈ। ਨੈਕਸਟ ਆਰਟੀਕਲ ਜੋ ਹੈ ਆਪਣੇ ਕੋਲ ਉਹ ਹੈ ਆਰਟੀਕਲ ਨੰਬਰ ਆਰ, ਤਾਂ ਆਰਟੀਕਲ ਨੰਬਰ 243 ਆਰ ਦੇ ਵਿੱਚ ਹੈ ਇਸਦੀ ਸਟਰਕਚਰ। ਠੀਕ ਹੈ, ਜਿਵੇਂ ਆਪਾਂ ਪੰਚਾਇਤ ਦੀ ਸਟਰਕਚਰ ਬਾਰੇ ਗੱਲ ਕੀਤੀ ਸੀ, ਉਸੇ ਤਰੀਕੇ ਨਾਲ ਇੱਥੇ ਮਿਊਨਸੀਪਾਲਟੀ ਦੀ ਵੀ ਸਟਰਕਚਰ ਬਣੀ ਹੁੰਦੀ ਹੈ। ਤਾਂ ਮਿਊਨਸੀਪਾਲਟੀ ਦੀ ਸਟਰਕਚਰ ਦੇ ਵਿੱਚ ਕੀ ਹੁੰਦਾ, ਪਹਿਲਾਂ ਹੁੰਦੀ ਹੈ ਆਪਣੇ ਕੋਲ ਨਗਰ ਪਾਲਿਕਾ, ਫਿਰ ਆਪਣੇ ਕੋਲ ਹੁੰਦੀ ਹੈ ਨਗਰ ਪਰਿਸ਼ਦ, ਔਰ ਫਿਰ ਹੁੰਦੀ ਹੈ ਆਪਣੇ ਕੋਲ ਨਗਰ ਨਿਗਮ। ਤਾਂ ਇਹ ਵੀ ਤਿੰਨ ਭਾਗਾਂ ਦੇ ਵਿੱਚ ਵੰਡੀ ਹੁੰਦੀ ਹੈ। ਠੀਕ ਹੈ, ਨੈਕਸਟ ਆਰਟੀਕਲ ਜੋ ਹੈ ਉਸਦੇ ਬਾਰੇ ਗੱਲ ਕਰਦੇ ਹਾਂ। ਤਾਂ ਨੈਕਸਟ ਆਰਟੀਕਲ ਜੋ ਹੈ ਉਹ ਆਪਣੇ ਕੋਲ ਹੈ 243 ਟੀ, ਟੀ ਦੇ ਵਿੱਚ ਇਹਦੇ ਵਿੱਚ ਕੀ ਨੇ, ਮਿਊਨਸੀਪਾਲਟੀਜ਼ ਦੀਆਂ ਰਿਜ਼ਰਵੇਸ਼ਨਸ। ਤਾਂ ਇਹਦੇ ਵਿੱਚ ਜਿਹੜੀ ਹੁੰਦੀ ਹੈ ਸੇਮ 33% ਜਿਹੜੀ ਹੈ, 33% ਜਿਹੜੀ ਹੈ ਰਿਜ਼ਰਵੇਸ਼ਨ ਮੂਵਮੈਂਟਸ ਨੂੰ ਦਿੱਤੀ ਹੁੰਦੀ ਹੈ। ਠੀਕ ਹੈ, ਔਰ ਬਾਕੀ ਐਸ ਸੀ ਐਸ ਟੀ ਦੇ ਲਈ ਜਿਹੜੀਆਂ ਰਿਜ਼ਰਵੇਸ਼ਨਸ ਹੁੰਦੀਆਂ ਨੇ ਉਹ ਅਲੱਗ ਅਲੱਗ ਜਿਹੜੀਆਂ ਸਟੇਟਸ ਦੀਆਂ ਉਹ ਅਲੱਗ ਅਲੱਗ ਹੁੰਦੀਆਂ ਨੇ। ਠੀਕ ਹੈ, ਨੈਕਸਟ ਜੋ ਆਰਟੀਕਲ ਹੈ ਉਹ ਹੈ ਆਪਣੇ ਕੋਲ ਆਰਟੀਕਲ ਨੰਬਰ 243 ਜੈੱਡ ਡੀ, ਤਾਂ ਜੈੱਡ ਡੀ ਦੇ ਵਿੱਚ ਆਪਣੇ ਕੋਲ ਕੀ ਹੈ, ਡਿਸਟ੍ਰਿਕਟ ਪਲੈਨਿੰਗ ਕਮਿਸ਼ਨ ਜਾਣੀ ਕਿ ਜ਼ਿਲ੍ਹਾ ਯੋਜਨਾ ਕਮੇਟੀ। ਜ਼ਿਲ੍ਹਾ ਯੋਜਨਾ ਕਮੇਟੀ ਜਿਹੜੀ ਹੈ ਆਪਣੇ ਕੋਲ ਕਿਹਦੇ ਅੰਦਰ ਆਉਂਦੀ ਹੈ, ਆਰਟੀਕਲ ਨੰਬਰ 243 ਜੈੱਡ ਜੀ ਦੇ ਅੰਦਰ ਆਉਂਦੀ ਹੈ। ਉਸ ਤੋਂ ਬਾਅਦ ਆਪਣਾ ਹੈ ਪਾਰਟ ਬੀ, ਠੀਕ ਹੈ, 9 ਪਾਰਟ ਬੀ, ਤਾਂ ਇਹਦੇ ਵਿੱਚ ਕੀ ਆਉਂਦੀ ਹੈ, ਕੋਆਪਰੇਟਿਵ ਸੋਸਾਇਟੀ। ਤਾਂ ਕੋਆਪਰੇਟਿਵ ਸੋਸਾਇਟੀ ਜਿਹੜੀਆਂ ਨੇ ਕਿਹਦੇ ਵਿੱਚ ਆਉਂਦੀਆਂ ਨੇ, ਇਹ ਵੀ ਆਪਣੇ ਕੋਲ ਆਰਟੀਕਲ ਨੰਬਰ 243 ਦੇ ਅੰਦਰ ਆਉਂਦੀਆਂ ਨੇ, ਬਟ ਪਾਰਟ ਕਿਹੜਾ, 243 ਐਚ ਤੋਂ ਲੈ ਕੇ 243 ਜੈੱਡ ਟੀ ਤੱਕ ਆਉਂਦੀਆਂ ਨੇ ਆਪਣੇ ਕੋਲ ਕੀ, ਕੋਆਪਰੇਟਿਵ ਸੋਸਾਇਟੀਜ਼। ਠੀਕ ਹੈ, ਤਾਂ ਇਹਨਾਂ ਨੂੰ ਵੀ ਜਿਹੜਾ ਸੀਗਾ ਅਮੈਂਡਮੈਂਟ ਦੇ ਤਹਿਤ ਹੀ ਐਡ ਕੀਤਾ ਗਿਆ ਸੀਗਾ ਇਸ ਦੇ ਵਿੱਚ। ਤਾਂ ਇਹ ਜਿਹੜਾ ਆਪਣੇ ਕੋਲ ਪਾਰਟ ਨੰਬਰ 7 ਤੋਂ ਲੈ ਕੇ ਪਾਰਟ ਨੰਬਰ 9 ਜਿਹੜਾ ਹੈ ਤੇ ਖਤਮ ਹੁੰਦਾ ਹੈ। ਔਰ ਅਗਰ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਔਰ ਬੈਲ ਆਈਕਨ ਵਾਲੀ ਘੰਟੀ ਨੂੰ ਆਲ 'ਤੇ ਜ਼ਰੂਰ ਪ੍ਰੈਸ ਕਰ ਲਿਓ, ਕਿਉਂਕਿ ਆਉਂਦੀ ਜਾਂਦੀ ਹੋਈ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ। ਔਰ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਨਾ ਭੁੱਲਿਓ। ਔਰ ਕੱਲ੍ਹ ਦੀ ਕਲਾਸ ਜੋ ਆਪਣੀ ਰਹਿਣ ਵਾਲੀ ਹੈ, ਉਸ ਦੇ ਵਿੱਚ ਆਪਾਂ ਪਾਰਟ 10 ਔਰ ਅੱਗੇ ਦੇ ਪਾਰਟ ਅਗਰ ਆਪਣੇ ਕੋਲ ਪੋਸੀਬਲ ਹੋ ਸਕੇ, ਕਿਉਂਕਿ ਪਾਰਟ 10 ਜਿਹੜਾ ਹੈ ਉਸਦੇ ਅੰਦਰ ਇੱਕ ਤੋਂ ਵੱਧ ਤੋਂ ਵੱਧ 2 ਆਰਟੀਕਲ ਹੋ ਸਕਦੇ ਨੇ। ਠੀਕ ਹੈ, ਤਾਂ ਆਪਾਂ ਕੰਬਾਈਨ ਕਰਕੇ ਲੈ ਕੇ ਆਵਾਂਗੇ ਪਾਰਟ 10, 11 ਜਾਂ 12 ਵੀ ਜੇ ਐਡ ਹੋ ਸਕਿਆ ਨਾਲ, ਤਾਂ ਉਸਨੂੰ ਵੀ ਆਪਾਂ ਕੰਪਲੀਟ ਕਰਕੇ ਨਾਲ ਉਸਨੂੰ ਹੀ ਇੱਕੇ ਕਲਾਸ ਦੇ ਵਿੱਚ ਕਵਰ ਕਰਕੇ ਲੈ ਕੇ ਆਵਾਂਗੇ। ਠੀਕ ਹੈ, ਤਾਂ ਬਣੇ ਰਹਿਣਾ, ਜੁੜੇ ਰਹਿਣਾ, ਔਰ ਕੱਲ੍ਹ ਦੀ ਕਲਾਸ ਦੇ ਵਿੱਚ ਜ਼ਰੂਰ ਪਹੁੰਚਣਾ। ਥੈਂਕਸ ਫੋਰ ਵਾਚਿੰਗ।